ਅਕਾਲੀ ਦਲ ਦੇ ਵਿੱਚ ਕੀ ਯਾਰੀ ਤੇ ਪਰਿਵਾਰ ਭਾਰੀ ਪੈ ਗਿਆ? ਇਹ ਡਿੰਪੀ ਢਿੱਲੋਂ ਹੋਰਾਂ ਦਾ ਕਹਿਣਾ ਵੈ ਕਿ ਪਾਰਟੀ ਇਸ ਕਰਕੇ ਛੱਡੀ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਮਨਪ੍ਰੀਤ ਬਾਦਲ ਹੋਰਾਂ ਦੀ ਨਜ਼ਦੀਕੀ ਵੱਧ ਗਈ ਔਰ ਇਸ ਵਜ੍ਹਾ ਕਰਕੇ ਉਨ੍ਹਾਂ ਨੂੰ ਪਾਰਟੀ ਛੱਡਣੀ ਪਈ ਹੈ। ਡਾਕਟਰ ਦਲਜੀਤ ਚੀਮਾ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਚੀਮਾ ਸਾਹਿਬ, ਗਿੱਦੜਬਾਹਾ ਚ ਚੱਲ ਕੀ ਰਿਹਾ ਕਿ ਪਰਿਵਾਰ ਇੰਨਾ ਭਾਰੀ ਹੋ ਗਿਆ ਕਿ ਜਿਹੜੀ ਇੱਕ ਪੱਕੀ ਯਾਰੀ ਕਿਹਾ ਜਾਂਦਾ ਸੀ, ਸੱਜੀ ਬਾਂਹ ਕਿਹਾ ਜਾਂਦਾ ਸੀ, ਉਹ ਸੱਜੀ ਬਾਂਹ ਸਾਥ ਛੱਡ ਗਈ ਸੁਖਬੀਰ ਬਾਦਲ ਹੋਰਾਂ ਦਾ? ਦੇਖੋ, ਗੱਲ ਇਹ ਹੈ ਕਿ ਜਿੱਥੋਂ ਤੱਕ ਡਿੰਪੀ ਢਿੱਲੋਂ ਹੋਰਾਂ ਦਾ ਉਹਨਾਂ ਦੇ ਪਰਿਵਾਰ ਦਾ ਸੰਬੰਧ ਹੈ, ਉਹ ਵੀ ਪਰਿਵਾਰ ਜਿਹੜਾ ਹੈਗਾ ਆਪਣੇ ਨਿੱਜੀ ਪਰਿਵਾਰ ਨਾਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਵੀ ਘੱਟ ਨਹੀਂ ਰਿਹਾ, ਕਿਉਂਕਿ 1995 ਦੀ ਇਲੈਕਸ਼ਨ ਦੇ ਵਿੱਚ ਜਦੋਂ ਮਨਪ੍ਰੀਤ ਸਿੰਘ ਬਾਦਲ ਇੱਥੇ ਬਾਈ ਇਲੈਕਸ਼ਨ 'ਚ ਖੜੇ ਸੀ, ਉਦੋਂ ਵੀ ਹੈੱਡਕੁਆਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਇਹਨਾਂ ਦਾ ਘਰ ਹੀ ਸੀਗਾ। ਇਸ ਕਰਕੇ ਕੋਈ ਅੱਜ ਦੀ ਨਹੀਂ, ਬੜੀ ਵੱਡੀ ਪਰਿਵਾਰਕ ਸਾਂਝਤਾ ਸਭ ਤੋਂ ਜ਼ਿਆਦਾ ਉਸ ਇਲਾਕੇ ਦੇ ਵਿੱਚ ਵੱਡੇ ਬਾਦਲ ਸਾਹਿਬ ਦੀ ਵੀ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਵੀ, ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਵੀ, ਡਿੰਪੀ ਢਿੱਲੋਂ ਇਹਨਾਂ ਦੇ ਫਾਦਰ ਸਾਹਿਬ ਤੇ ਇਸੇ ਪਰਿਵਾਰ ਨਾਲ ਹੀ ਸੀਗੀ। ਇਸ ਕਰਕੇ ਕਈ ਵਾਰੀ ਗਲਤ ਫਹਿਮੀਆਂ ਰਾਜਨੀਤੀ ਚ ਹੋ ਜਾਂਦੀਆਂ ਨੇ, ਉਦੋਂ ਕੋਈ ਵੀ ਕੁਛ ਕਹਿ ਦੇਵੇ, ਚਲੋ ਪਾਰਟੀਆਂ ਨੂੰ ਤਾਂ ਸਬਰ ਕਰਨਾ ਪੈਂਦਾ, ਪਰ ਪਾਰਟੀ ਨੇ ਕੱਲ ਵੀ ਬੜਾ, ਤੁਸੀਂ ਮੇਰਾ ਟਵੀਟ ਵੀ ਦੇਖਿਆ ਹੋਣਾ ਪ੍ਰਧਾਨ ਸਾਹਿਬ ਨਾਲ ਜਦੋਂ ਮੈਂ ਗੱਲ ਕਰਨ ਤੋਂ ਬਾਅਦ ਸਾਰਾ ਟਵੀਟ ਦਿੱਤਾ, ਉਦੋਂ ਵੀ ਬੜਾ ਸਪਸ਼ਟ ਕੀਤਾ ਸੀ ਕਿ ਪਾਰਟੀ ਜਿਹੜੀ ਹੋਲ ਹਾਰਟਡਲੀ ਡਿੰਪੀ ਢਿੱਲੋਂ ਦੇ ਪਿੱਛੇ ਖੜੀ ਹੈ। ਔਰ ਇੱਕ ਵਾਰੀ ਨਹੀਂ, ਦੋ ਵਾਰੀ ਪਹਿਲਾਂ ਗਿੱਦੜਬਾਹੇ ਤੋਂ ਇਲੈਕਸ਼ਨ ਲੜ ਚੁੱਕੇ ਆ ਪਾਰਟੀ ਟਿਕਟ ਤੇ, ਹੁਣ ਜਿਹੜੇ ਆ ਭਾਵੇਂ ਆਫੀਸ਼ਲੀ ਹਾਲੇ ਅਨਾਊਂਸਮੈਂਟ ਦੀ ਕਿਸੇ ਵੀ ਨਹੀਂ ਕੀਤੀ, ਕਿਉਂਕਿ ਪਾਰਲੀਮੈਂਟਰੀ ਬੋਰਡ ਵੱਖ ਵੱਖ ਹਲਕਿਆਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਿਹਾ, ਜਿਵੇਂ ਪਾਰਟੀ ਦੀ ਇੱਛਾ ਸੀ ਕਿ ਨਵਾਂ ਸਿਸਟਮ ਬਣਾ ਕੇ ਸਾਰਿਆਂ ਦੀ ਰਾਏ ਲਈ ਜਾਵੇ। ਇਸ ਕਰਕੇ ਫਾਈਨਲ ਅਨਾਊਂਸਮੈਂਟ ਭਾਵੇਂ ਉੱਥੇ ਨਹੀਂ ਹੋਈ ਸੀ, ਪਰ ਗਿੱਦੜਬਾਹੇ ਦੇ ਬਾਰੇ ਚ ਬੜਾ ਕਲੀਅਰ ਸੀ। ਸਾਡੀ ਕੋਰ ਕਮੇਟੀ ਦੇ ਵਿੱਚ ਵੀ ਪ੍ਰਧਾਨ ਸਾਹਿਬ ਨੇ ਖੁਦ ਵੀ ਆਪ ਪਾਰਲੀਮੈਂਟਰੀ ਬੋਰਡ ਨਾਲ ਵੀ ਜਿਹੜੀ ਸਾਡੀ ਪ੍ਰੀਲਿਮਿਨਰੀ ਡਿਸਕਸ਼ਨ ਹੋਈ ਉਹਦੇ ਵਿੱਚ ਵੀ ਉਹਨਾਂ ਦਾ ਆਪਣਾ ਵਿਊ ਆਈ ਸੀ ਕਿ ਉੱਥੇ ਬੈਸਟ ਡਿੰਪੀ ਢਿੱਲੋਂ ਫਾਈਟ ਇਹਨਾਂ ਹਾਲਾਤਾਂ 'ਚ ਦੇ ਸਕਦਾ, ਤੇ ਜਿਹੜੇ ਪ੍ਰੋਗਰਾਮ ਬਣਾਉਣ ਦੀ ਜ਼ਿੰਮੇਵਾਰੀ ਬਤੌਰ ਹਲਕਾ ਇੰਚਾਰਜ ਉਹ ਵੀ ਡਿੰਪੀ ਢਿੱਲੋਂ ਹੋਰਾਂ ਦੀ ਹੈ। ਲੇਕਿਨ ਉਹਨਾਂ ਨੇ ਜੋ ਕਿਹਾ, ਕਹਿੰਦੇ ਕਿ ਮਨਪ੍ਰੀਤ ਬਾਦਲ ਹੋਰਾਂ ਨਾਲ ਇੱਕ ਵਾਰ ਫੇਰ ਪਰਿਵਾਰਵਾਦ ਔਰ ਨਜ਼ਦੀਕੀਆਂ ਇੰਨੀਆਂ ਜ਼ਿਆਦਾ ਵੱਧ ਗਈਆਂ ਕਿ ਮੈਨੂੰ ਪਾਰਟੀ ਛੱਡਣੀ ਜਿਹੜੀ ਉਹ ਪੈ ਰਹੀ ਹੈ। ਦੇਖੋ, ਹੁਣ ਗੱਲ ਇਹ ਹੈ ਵੀ ਬੜੇ ਬੰਦੇ ਤੁਹਾਡੇ ਵਿਰੋਧੀ ਹੁੰਦੇ ਆ, ਗਲਤ ਫਹਿਮੀਆਂ ਚ ਪਾਉਂਦੇ ਆ, ਲੋਕੀ ਘਰਾਂ ਦੇ ਵਿੱਚ ਪਾੜ ਪਾ ਦਿੰਦੇ ਆ ਚੁਗਲੀਆਂ ਕਰ ਕਰਕੇ। ਇਸ ਕਰਕੇ ਡਿੰਪੀ ਢਿੱਲੋਂ ਵੀ ਕਿਤੇ ਇਹੋ ਜਿਹੇ ਪ੍ਰਚਾਰ ਦਾ ਸ਼ਿਕਾਰ ਮੇਰੇ ਖਿਆਲ ਹੋ ਗਿਆ, ਨਹੀਂ ਤਾਂ ਰੋਜ਼ 15-15 ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਕਿੰਨੇ ਦਿਨਾਂ ਤੋਂ, ਹਾਲੇ ਕਿਸੇ ਹਲਕੇ ਚ ਹੋਰ ਪ੍ਰਚਾਰ ਪ੍ਰਧਾਨ ਸਾਹਿਬ ਨੇ ਨਹੀਂ ਸ਼ੁਰੂ ਕੀਤਾ, ਸਭ ਤੋਂ ਪਹਿਲਾਂ ਗਿੱਦੜਬਾਹੇ ਨੂੰ ਪਹਿਲ ਦਿੱਤੀ। ਲੇਕਿਨ ਚਰਚਾ ਵੀ ਚੱਲ ਪਈ ਸੀ ਕਿ ਸੁਖਬੀਰ ਬਾਦਲ ਸ਼ਾਇਦ ਇਲੈਕਸ਼ਨ ਲੜਨਗੇ। 100% ਮੈਨੂੰ ਕਿੰਨੀ ਵਾਰੀ ਕਲੀਅਰ ਕਰਨਾ ਪਿਆ ਕਿ ਉਹਨਾਂ ਦਾ ਆਪਣਾ ਇਲੈਕਸ਼ਨ ਲੜਨ ਦਾ ਕੋਈ ਪ੍ਰੋਗਰਾਮ ਨਹੀਂ ਹੈ। ਮੀਟਿੰਗ ਚ ਮਹੇਸ਼ ਇੰਦਰ ਗਰੇਵਾਲ ਹੋਰਾਂ ਨੇ ਕਿਹਾ ਸੀ ਤੁਸੀਂ ਇਲੈਕਸ਼ਨ ਲੜੋ। ਨਹੀਂ, ਉਹ ਬਹੁਤ ਬੰਦਿਆਂ ਦੀ ਸਲਾਹ ਸੀ ਕਿ ਕਿਉਂਕਿ ਇਹ ਜਿਹੜਾ ਹਲਕਾ ਹੈ, ਪਹਿਲਾਂ 5 ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇੱਥੇ ਇਲੈਕਸ਼ਨ ਲੜਦੇ ਹੁੰਦੇ ਸੀ, ਫਿਰ ਬਾਅਦ ਚ ਮਨਪ੍ਰੀਤ ਸਿੰਘ ਬਾਦਲ ਲੜਿਆ, ਫਿਰ ਉਸ ਤੋਂ ਬਾਅਦ ਜਿਹੜਾ ਡਿੰਪੀ ਢਿੱਲੋਂ ਆਇਆ। ਇਸ ਕਰਕੇ ਉਹ ਪਾਰਟੀ ਦਾ ਸੁਝਾਅ ਹੁੰਦਾ, ਸੀਨੀਅਰ ਲੀਡਰ ਬੜੇ ਕਹਿੰਦੇ ਸੀ ਕਿ ਤੁਸੀਂ ਬੈਸਟ ਫਾਈਟ ਦੇ ਸਕਦੇ ਹੋ ਕਿਉਂਕਿ ਤੁਹਾਡਾ ਤਾਂ ਪੁਰਾਣਾ ਹਲਕਾ, ਪਰ ਉਹਨਾਂ ਨੇ ਮੀਟਿੰਗ ਦੇ ਵਿੱਚ ਵੀ ਕਿਹਾ ਸੀ ਕਿ ਨਹੀਂ, ਡਿੰਪੀ ਢਿੱਲੋਂ ਸਾਡਾ ਬੈਸਟ ਕੈਂਡੀਡੇਟ ਆ। ਉਹਦੇ ਵਾਸਤੇ ਦਿਨ ਰਾਤ ਇੰਨਾ, ਹਾਲੇ ਕਿਤੇ ਵੀ ਇਲੈਕਸ਼ਨ ਦੇ ਵਿੱਚ ਕਿਸੇ ਪਾਰਟੀ ਨੇ ਵੀ ਨਹੀਂ ਕੰਮ ਸ਼ੁਰੂ ਕੀਤਾ, ਤੇ ਜਿੰਨੇ ਚਾਅ ਦੇ ਨਾਲ ਉਹਨਾਂ ਨੇ ਡੋਰ ਟੂ ਡੋਰ, ਪਿੰਡ ਪਿੰਡ, ਹਰ ਥਾਂ ਦੇ ਉੱਤੇ ਜਿੱਥੇ ਵੀ ਡਿੰਪੀ ਢਿੱਲੋਂ ਨੇ ਪ੍ਰੋਗਰਾਮ ਬਣਾਇਆ, ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਜਾ ਰਹੇ। ਉਹਨਾਂ ਨੇ ਤਾਂ ਕਦੀ ਨਹੀਂ ਕਿਹਾ ਕਿ ਇੱਥੇ ਪ੍ਰੋਗਰਾਮ ਬਣਾਓ, ਜੋ ਲਿਸਟ ਉਹਨਾਂ ਵੱਲੋਂ ਬਣ ਕੇ ਆਉਂਦੀ ਹੈ ਉਹ ਸਾਰਾ ਪ੍ਰੋਗਰਾਮ
ਨਾਲ ਉਹਨੂੰ ਗੱਡੀ ਚ ਬਿਠਾ ਕੇ ਸਾਰਾ ਦਿਨ ਉਹਦੇ ਪੋਲ ਕੰਪੈਨ ਦੇ ਵਿਚ ਸ਼ਾਮਲ ਹੁੰਦੇ। ਲੇਕਿਨ ਜਿਹੜਾ ਹੁਣ ਸਮਰਥਕਾਂ ਦੇ ਨਾਲ ਮੀਟਿੰਗ ਹੋਈ ਉਸ ਦੇ ਵਿਚ ਮੈਂ ਪੜ੍ਹ ਕੇ ਵੀ ਦੱਸ ਦਿੰਦਾ, ਜਿਹੜਾ ਉਨ੍ਹਾਂ ਨੇ ਆਮ ਆਦਮੀ ਪਾਰਟੀ ਚ ਜਾਣ ਦੇ ਸੰਕੇਤ ਦਿੱਤੇ, ਉਨ੍ਹਾਂ ਨੇ ਕਿਹਾ ਸੰਗਤ ਦਾ ਫੈਸਲਾ ਹੈ, ਮੈਂ ਆਮ ਆਦਮੀ ਪਾਰਟੀ ਚ ਜਾਵਾਂ, ਸੰਗਤ ਦਾ ਹੁਕਮ, ਮੈਂ ਮੌਜੂਦਾ ਸਰਕਾਰ ਕੋਲ ਜਾਵਾਂ, ਮੈਂ ਦੁਬਾਰਾ ਇਸੇ ਜਗ੍ਹਾ ਆ ਕੇ ਆਪਣਾ ਫੈਸਲਾ ਦੱਸਾਂਗਾ। ਤੇ ਉਨ੍ਹਾਂ ਨੇ ਕਲੀਅਰ ਕੱਟ ਸੰਕੇਤ ਦੇ ਦਿੱਤੇ ਕਿ ਆਮ ਆਦਮੀ ਪਾਰਟੀ ਚ ਇਕ ਦੋ ਦਿਨਾਂ ਚ ਹੁਣ ਉਹ ਜਾ ਰਹੇ ਨੇ। ਪਰ ਸਾਡੀ ਗੱਲ ਤਾਂ ਸੱਚੀ ਹੋ ਗਈ ਨਾ ਕਿ ਮਨਪ੍ਰੀਤ ਤੇ ਅਕਾਲੀ ਦਲ ਦਾ ਉਹਦਾ ਕੋਈ ਪ੍ਰੋਗਰਾਮ ਨਹੀਂ ਸੀ। ਜੇ ਹੁਣ ਡਿੰਪੀ ਢਿੱਲੋਂ ਆਪ ਕਹਿ ਰਹੇ ਹੈ ਕਿ ਮੇਰੇ ਸੱਜਣਾਂ ਦੀ ਰਾਏ ਹੈ, ਤੇ ਕੱਲ ਦੀ ਗੱਲ ਦੇ ਵਿਚ ਤੇ ਅੱਜ ਦੀ ਗੱਲ ਦੇ ਵਿਚ ਦਿਨ ਰਾਤ ਦਾ ਫਰਕ ਪੈ ਗਿਆ। ਹੁਣ ਤੁਸੀਂ ਆਪ ਸਮਝਦਾਰ ਪੱਤਰਕਾਰ ਹੋ ਕਿ ਕੱਲ ਉਹ ਇਹ ਕਹਿ ਰਹੇ ਸੀ ਕਿ ਮੈਂ ਇਸ ਗੱਲ ਕਰਕੇ ਆ, ਅੱਜ ਹੁਣ ਜਿਹੜੀ ਤੁਸੀਂ ਹੁਣ ਮੈਨੂੰ ਪੜ੍ਹ ਕੇ ਦੱਸ ਰਹੇ ਹੋ, ਮੈਨੂੰ ਤਾਂ ਪਤਾ ਨਹੀਂ ਤੁਹਾਡਾ ਸੋਰਸ। ਨਹੀਂ ਉਹਨਾਂ ਨੇ ਓਪਨਲੀ ਕੱਟ ਕੀਤਾ, ਲਾਈਵ ਸਪੀਚ ਚੱਲੀ, ਲਾਈਵ ਸਪੀਚ ਦੇ ਵਿਚ ਉਹ ਸਾਰੀ ਨਿਊਜ਼ 18 ਤੇ ਦਰਸ਼ਕਾਂ ਨੇ ਦੇਖੀ, ਉਨ੍ਹਾਂ ਨੇ ਇਹ ਬਿਆਨ ਹੈ ਉਨ੍ਹਾਂ ਦਾ, ਆਫੀਸ਼ੀਅਲ ਬਿਆਨ ਹੈ ਜੋ ਉਨ੍ਹਾਂ ਨੇ ਦਿੱਤਾ। ਅੱਛੀ ਗੱਲ, ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਤਾਂ ਨੈਚੁਰਲੀ ਕਿਸੇ ਆਧਾਰ ਦੇ ਉੱਤੇ ਦੇ ਰਹੇ ਹੋ। ਪਰ ਜਿਹੜੀ ਮੇਰੀ ਗੱਲ ਹੈ ਕਿ ਜੋ ਕੁਝ ਕੱਲ ਡਿੰਪੀ ਢਿੱਲੋਂ ਨੇ ਕਿਹਾ, ਆਪੇ ਝੂਠਾ ਕਹਿਤਾ, ਉਹਨੂੰ ਆਪਣੀ ਗੱਲ ਨੂੰ ਆਪ ਹੀ ਝੂਠੇ ਕਰ ਦਿੱਤਾ। ਔਰ ਅਸੀਂ ਜੋ ਕੱਲ ਗਿਆ ਸੀ, ਫਿਰ ਅੱਜ ਵੀ ਸਾਡੀ ਗੱਲ ਸੱਚੀ ਹੋ ਗਈ। ਅਸੀਂ ਕੱਲ ਵੀ ਕਹੇ ਸੀ ਅਸੀਂ ਤੇਰੇ ਨਾਲ ਨਾ ਭਰਾਵਾ, ਤੂੰ ਗਲਤ ਫਹਿਮੀ ਚ ਨਾ ਤਗੜਾ ਹੋ ਕੇ ਇਲੈਕਸ਼ਨ ਲੜ, ਸਾਰੀ ਪਾਰਟੀ ਤੇਰੇ ਨਾਲ ਆ, ਪਬਲਿਕਲੀ ਅਪੀਲ ਕੀਤੀ ਹੈ, ਇਹਦਾ ਮਤਲਬ ਪਾਰਟੀ ਤਾਂ ਫਿਰ ਸਹੀ ਹੈ। ਇੱਕੋ ਦਮ ਆਮ ਆਦਮੀ ਪਾਰਟੀ ਦੀ ਗੱਲ ਕਿੱਥੋਂ ਆ ਗਈ, ਕਿਉਂ ਜਾਣਾ ਚਾਹੁੰਦੇ? ਉਹ ਕਹਿੰਦੇ ਮੈਨੂੰ ਬਹੁਤ ਸਾਰੀਆਂ ਆਫਰਾਂ ਸੀ, ਮੈਨੂੰ ਬੀਜੇਪੀ ਦੀ ਆਫਰ ਸੀ, ਕਾਂਗਰਸ ਦੀ ਆਫਰ ਸੀ, ਮੈਂ ਕਿਹਾ ਮੈਂ ਪਾਰਟੀ ਨਾਲ ਦਗਾ ਨਹੀਂ ਕਰਨਾ, ਮੈਂ ਪਾਰਟੀ ਦੇ ਵਿਚ ਹੀ ਰਹਿਣਾ, ਮੈਨੂੰ ਸਿਆਸਤ ਦੇ ਵਿਚ ਸੁਖਬੀਰ ਬਾਦਲ ਲੈ ਕੇ ਆਏ, ਮੈਂ ਹਮੇਸ਼ਾ ਯੈਸਰ ਕਿਹਾ ਸੁਖਬੀਰ ਸਿੰਘ ਬਾਦਲ ਨੂੰ, ਹਰ ਗੱਲ ਤੇ ਯੈਸਰ ਕਿਹਾ। ਹੁਣ ਮਨਪ੍ਰੀਤ ਬਾਦਲ ਹੋਰਾਂ ਨਾਲ ਮੈਨੂੰ ਦੂਜੀ ਥਾਂ ਸ਼ਿਫਟ ਕਰਨ ਨੂੰ ਕਹਿ ਰਹੇ ਸੀ, ਇਸ ਕਰਕੇ ਹੁਣ ਜੋ ਹਾਲਾਤ ਬਣ ਰਹੇ ਆਮ ਆਦਮੀ ਪਾਰਟੀ ਦੇ। ਦੇਖੋ ਮਨਪ੍ਰੀਤ ਬਾਦਲ ਤੇ ਆਪਾਂ ਆਪਣੀ ਗੱਲ ਨੂੰ ਜਸਟੀਫਿਕੇਸ਼ਨ ਕਰਨ ਵਾਸਤੇ ਵਿਚ ਲੈਂਦਾ ਨਾ, ਜਦੋਂ ਅਸੀਂ ਕਹਿ ਰਹੇ ਕਿ ਸਾਡੀ ਕਿਤੇ ਵੀ ਮਨਪ੍ਰੀਤ ਸਿੰਘ ਬਾਦਲ ਨਾਲ, ਔਰ ਅਸੀਂ ਔਨ ਰਿਕਾਰਡ ਆਪਣੀ ਸਟੇਟਮੈਂਟ ਦੇ ਕੇ ਗੱਲ ਕਲੀਅਰ ਕੀਤੀ ਕਿ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ, ਉਦੋਂ ਬਾਅਦ ਫਿਰ ਰਾਤੋ ਰਾਤ ਆਮ ਆਦਮੀ ਪਾਰਟੀ ਹੁਣ ਕਿੱਥੋਂ ਨਿਕਲੇ? ਦੇਖੋ ਮੈਂ ਸਾਰੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਕਰਦਾ, ਇਹ ਜਿਹੜੀਆਂ ਚੀਜ਼ਾਂ ਅੱਜ ਹੋ ਰਹੀਆਂ ਨਾ ਸਾਰੀਆਂ ਪਾਰਟੀਆਂ ਦੇ ਵਿਚ, ਇਹ ਬਹੁਤ ਰਾਜਨੀਤੀ ਵਾਸਤੇ ਬਹੁਤ ਹੀ ਕਿਸੇ ਦਿਨ ਘਾਤਕ ਸਾਬਤ ਹੋਣਗੇ, ਕਿਉਂਕਿ ਸਾਡੀ ਕ੍ਰੈਡੀਬਿਲਿਟੀ ਜਿਹੜੀ ਹੈ ਨਾ ਲੀਡਰਾਂ ਦੀ, ਉਹ ਅਸੀਂ ਕ੍ਰੈਡੀਬਿਲਿਟੀ ਆਪਣੀ ਜਿਹੜੀ ਹੈ ਖਤਮ ਕਰਦੇ। ਲੇਕਿਨ ਅਜਿਹਾ ਕੀ ਹੈ ਕਿ ਪਹਿਲਾਂ ਮੌਜੂਦਾ ਵਿਧਾਇਕ ਬੰਗਾ ਤੋਂ ਡਾਕਟਰ ਸੁੱਖੀ ਉਹ ਆਮ ਆਦਮੀ ਪਾਰਟੀ ਚਲੇ ਗਏ, ਹੁਣ ਸੱਜੀ ਬਾਂਹ ਮੰਨੇ ਜਾਂਦੇ ਪਰਿਵਾਰਕ ਮੈਂਬਰ, ਕੀ ਵਜ੍ਹਾ ਕੀ ਆਮ ਆਦਮੀ ਪਾਰਟੀ ਵੱਲ ਰੁਝਾਨ ਵੱਧ ਰਿਹਾ, ਅਕਾਲੀ ਦਲ ਨੂੰ ਲੋਕ ਅਲਵਿਦਾ ਕਹਿ ਰਹੇ ਨੇ? ਨਹੀਂ, ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਦੇ MLA ਸੀ, ਸਿਟਿੰਗ MLA ਸੀ, ਉਹ ਛੱਡ ਕੇ ਬੀਜੇਪੀ ਚਲੇ ਗਏ। ਹੁਣ ਦੱਸੋ ਵੀ ਉੱਥੇ ਫਿਰ ਕਿਉਂ ਸ਼ੀਤਲ ਅੰਗਰਾਲ ਛੱਡ ਗਏ? ਜਿਹੜੇ ਉਹਨਾਂ ਦੇ MP ਬਣੇ ਸੀ ਰਿੰਕੂ ਜੀ, ਉਹ ਕਾਂਗਰਸ ਛੱਡ ਕੇ ਤੇ ਆਮ ਆਦਮੀ ਪਾਰਟੀ ਤੋਂ MP ਬਣੇ ਸੀ, ਤੇ ਦੁਬਾਰਾ ਆਮ ਆਦਮੀ ਪਾਰਟੀ ਨੇ MP ਦੀ ਟਿਕਟ ਵੀ ਦੇ ਦਿੱਤੀ ਸੀ, ਉਹ ਫਿਰ ਟਿਕਟ ਸਮੇਤੀ ਜਾ ਕੇ ਉਹਨਾਂ ਨੇ BJP ਦਾ ਹੱਥ ਥੰਮ ਲਿਆ। ਇੱਥੇ ਦੱਸੋ ਫਿਰ MP ਕੀ ਫੈਕਟਰ ਇਨਵਾਲਵ ਹੋਇਆ? ਇਸੇ ਤਰ੍ਹਾਂ ਹੀ ਜਿਹੜੇ ਕਾਂਗਰਸ ਦਾ ਚੱਬੇਵਾਲ ਜਿਹੜਾ ਰਾਜਕੁਮਾਰ ਚੱਬੇਵਾਲ, ਇੱਥੋਂ ਚੱਬੇਵਾਲ ਤੋਂ MLA ਸੀ, ਉਹ ਜਾ ਕੇ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਲ ਹੋ ਗਿਆ, ਉਹ ਉਧਰੋਂ ਜਾ ਕੇ MP ਬਣ ਗਿਆ। ਹੁਣ ਇਹ ਮੈਂ ਕਹਿ ਰਿਹਾ ਨਾ ਵੀ ਇਹ ਬਿਮਾਰੀ ਜਿਹੜੀ ਛੂਤ ਦੀ ਫੈਲ ਗਈ, ਇਹ ਰਾਜਨੀਤੀ ਵਾਸਤੇ ਬੜੀ ਘਾਤਕ ਹੈ। ਤੁਹਾਡੇ ਲੋਕ ਤੁਹਾਡੇ ਤੇ ਕਿਵੇਂ ਇਤਬਾਰ ਕਰਨ ਜਦੋਂ ਤੁਸੀਂ ਪਾਰਟੀਆਂ ਦੇ ਨਾਲ ਹੀ ਤੁਹਾਡੀ ਆਪਣੀ ਜਿਹੜੀ ਹੈਗੀ ਹੈ ਸੋਚ, ਜਿਹੜੀ ਤੁਹਾਡੀ ਕਮਿਟਮੈਂਟ ਉਹ ਵੀ ਖਤਮ ਹੋ ਗਈ। ਇਹਦਾ ਮਤਲਬ ਤੁਹਾਡੀ ਵਿਚਾਰਧਾਰਾ ਕੋਈ ਨਹੀਂ, ਜੇ ਲੱਗਿਆ ਕਿ ਪਾਰਟੀ ਅੱਜ ਪਿੱਛੇ ਹੈ, ਪਾਰਟੀ ਮੁਸ਼ਕਲ ਚ ਹੈ,
ਤੇ ਤੁਹਾਨੂੰ ਲੱਗਦਾ ਕਿ ਮੇਰੇ ਕੰਮ ਨਹੀਂ ਹੋਣੇ, ਮੇਰਾ ਕਾਰੋਬਾਰ ਨਹੀਂ ਚੱਲਣਾ, ਮੇਰਾ ਕੁਛ ਨਹੀਂ ਹੋਣਾ, ਤੇ ਉਹ ਬੰਦਾ ਸੋਚਦਾ ਕਿ ਮੈਂ ਫਟਾਫਟ ਜਾ ਕੇ ਰਾਜਭਾਗਲ ਪਾਸੇ ਜਾਵਾਂ। ਚੂੜੀ ਟਾਈਟ ਕੀਤੀ ਗਈ ਨਹੀਂ, ਹੁਣ ਮੈਂ ਤਾਂ ਨਹੀਂ ਤੁਹਾਡੇ ਸਾਹਮਣੇ ਗੱਲਾਂ ਆਉਣਗੀਆਂ, ਮੈਂ ਤਾਂ ਬਿਨਾਂ ਕਿਸੇ ਦੇ ਸਬੂਤਾਂ ਤੋਂ ਕਦੀ ਐਲੀਗੇਸ਼ਨ ਨਹੀਂ ਲਾਉਂਦਾ, ਪਰ ਇਹ ਰਾਤੋ ਰਾਤ ਕੱਲ ਵਾਲੀ ਗੱਲ ਚ ਤੇ ਜਿਹੜੀ ਹੁਣ ਤੁਸੀਂ ਗੱਲ ਦੱਸੀ ਹੈ, ਇੰਨਾ ਫਰਕ ਕਿੱਥੋਂ ਆ ਗਿਆ? ਡਿੰਪੀ ਲਈ ਅਜੇ ਬੂਹੇ ਖੁੱਲੇ ਨੇ ਜਾਂ ਬੰਦ ਹੋ ਗਏ? ਨਹੀਂ ਦੇਖੋ, ਉੱਥੇ ਪ੍ਰਧਾਨ ਸਾਹਿਬ ਆਪ ਬੈਠੇ ਆ, ਅਸੀਂ ਸੱਚੇ ਦਿਲੋਂ ਹੀ ਉਹਨੂੰ ਆਫਰ ਦਿੱਤੀ। ਉਹਦੇ ਅੱਜ ਵੀ ਜਿਹੜੇ ਸਵੇਰੇ ਪ੍ਰਧਾਨ ਸਾਹਿਬ ਨੂੰ ਉਹਨਾਂ ਦੇ ਹਲਕੇ ਦੇ ਬੰਦੇ ਮਿਲੇ ਆ, ਉਦੋਂ ਵੀ ਉਹਨਾਂ ਨੇ ਜਿਹੜਾ ਵੱਡਿਆਂ ਵਾਲਾ ਜੋ ਫਰਜ਼ ਹੁੰਦਾ ਸਾਰਿਆਂ ਨੂੰ ਇਹ ਕਿਹਾ ਵੀ ਦੇਖੋ ਉਹਨੂੰ ਸਮਝਾਓ ਵੀ ਅਸੀਂ ਪੂਰਾ ਤੇਰੇ ਨਾਲ ਆ, ਤੇ ਤਗੜਾ ਹੋ ਕੇ ਤੇ ਤੂੰ ਪਾਰਟੀ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਉਹ ਨਿਭਾ, ਇੱਕ ਇਧਰ ਉਧਰ ਨਾ ਦੇ। ਚੀਮਾ ਸਾਹਿਬ ਇੱਕ ਇਹ ਵੀ ਹੈ, ਜਦੋਂ ਮੈਦਾਨ ਛੱਡ ਗਏ ਡਿੰਪੀ ਢਿੱਲੋਂ ਹੋ ਰਹੀ, ਕਹਿੰਦੇ ਪਾਰਟੀ ਜਦੋਂ ਔਖੇ ਦੌਰ ਚ ਹੋਵੇ ਜਰਨੈਲ ਅੱਗੇ ਫਰੰਟ ਫੁੱਟ ਤੇ ਆਉਂਦਾ, ਇਹ ਹਲਕਾ ਵੀ ਸੁਖਬੀਰ ਬਾਦਲ ਹੋਰਾਂ ਦਾ ਰਿਹਾ, ਬਾਦਲ ਪਰਿਵਾਰ ਦਾ ਰਿਹਾ ਇਹ ਹਲਕਾ, ਤਾਂ ਕੀ ਹੁਣ ਪ੍ਰਧਾਨ ਜਦੋਂ ਪਾਰਟੀ ਦੇ ਉੱਤੇ ਸਵਾਲ ਉੱਠ ਰਹੇ ਨੇ, ਵਿਰੋਧੀ ਤੰਜ ਕੱਸ ਰਹੇ ਨੇ, ਤਾਂ ਕੀ ਜਦੋਂ ਪਾਰਟੀ ਦੇ ਬਹੁਤ ਸਾਰੇ ਲੀਡਰ ਮੀਟਿੰਗ ਚ ਕਹਿ ਰਹੇ ਨੇ ਕਿ ਪ੍ਰਧਾਨ ਸਾਹਿਬ ਤੁਸੀਂ ਇਲੈਕਸ਼ਨ ਲੜੋ, ਸੁਖਬੀਰ ਬਾਦਲ ਗਿੱਦੜਬਾਹਾ ਤੋਂ ਇਲੈਕਸ਼ਨ ਲੜ ਸਕਦੇ ਨੇ? ਦੇਖੋ ਗੱਲ ਹੈ ਨਾ, ਇਲੈਕਸ਼ਨ ਤਾਂ ਹੁਣ ਚਾਰ ਜਗ੍ਹਾ ਤੇ ਫਿਰ ਪ੍ਰਧਾਨ ਦੀ ਤਾਂ ਚਾਰੇ ਜਗ੍ਹਾ ਲੋੜ ਆ, ਇਹ ਸੀਟ ਤਾਂ ਵਕਾਰ ਦੀ ਹੋ ਗਈ ਨਾ ਜਦੋਂ ਸੱਜੀ ਬਾਂਹ ਟੁੱਟ ਜਾਂਦੀ ਹੈ, ਚਾਰੇ ਵਕਾਰਦੀਆਂ ਨੇ ਸਾਡੇ ਵਾਸਤੇ, ਇਸ ਕਰਕੇ ਹਾਲੇ ਅੱਜ ਤਾਂ ਇਹ ਇਸ਼ੂ ਹੈ ਨੀ। ਨਹੀਂ ਮੀਟਿੰਗ ਚ ਚਰਚਾ ਹੋਈ, ਮੀਟਿੰਗ ਚ ਕਿਹਾ ਗਿਆ ਪ੍ਰਧਾਨ ਸਾਹਿਬ ਕਿਹਾ, ਮੀਟਿੰਗ ਚ ਕਿਹਾ ਗਿਆ ਜਿਹੜੀ ਕੰਟਰੋਵਰਸੀ ਸ਼ੁਰੂ ਹੋਈ ਉਹਦੀ ਡਿੰਪੀ ਢਿੱਲੋਂਹਾਰਾ ਦੀ ਸਟੇਟਮੈਂਟ ਦੇ ਨਾਲ, ਹਾਲੇ ਤਾਂ ਪਹਿਲਾਂ ਉਹਦਾ ਕੀ ਫਾਈਨਲ ਕਿਸ ਪਾਸੇ ਜਾਂਦੀ ਹੈ ਗੱਲ, ਪਹਿਲਾਂ ਤਾਂ ਅਸੀਂ ਉਹ ਦੇਖਾਂਗੇ, ਕਿਉਂਕਿ ਪਾਰਟੀਆਂ ਤਾਂ ਸਹਿਜ ਨੇ ਚੱਲਦੀਆਂ, ਪਾਰਟੀਆਂ ਏਡੀ ਕਾਹਲੀ ਕਾਹਲੀ ਚ ਫੈਸਲੇ ਨਹੀਂ ਲੈਂਦੀਆਂ। ਜੇ ਉੱਥੇ ਕੋਈ ਮਸਲਾ ਹੱਲ ਨਾ ਹੁੰਦਾ ਹੋਇਆ ਫਿਰ ਪਾਰਟੀ ਬੈਠ ਕੇ ਸਾਂਝੇ ਤੌਰ ਤੇ ਵਿਚਾਰੇਗੀ ਕਿ ਕੀ ਕਰਨਾ। ਜਿਹੜੇ ਇਹ ਨਹੀਂ ਹੁੰਦਾ ਕਿ ਇੱਕ ਬੰਦੇ ਦੇ ਜਾਣ ਨਾਲ, ਉੱਥੇ ਬਹੁਤ ਤਗੜਾ ਅਕਾਲੀ ਦਲ ਹੈ ਗਿੱਦੜਬਾਹਾ ਦੇ ਵਿੱਚ। ਤੁਹਾਨੂੰ ਲੱਗਦਾ ਕਿ ਪ੍ਰਧਾਨ ਸਾਹਿਬ ਨੂੰ ਜਿਵੇਂ ਲੁਧਿਆਣੇ ਚ ਜਦੋਂ ਰਵਨੀਤ ਬਿੱਟੂ ਗਏ ਤਾਂ ਫਿਰ ਪ੍ਰਧਾਨ ਮੈਦਾਨ ਚ ਆ ਗਏ ਰਾਜਾ ਵੜਿੰਗ ਜਿੱਤੇ ਵੀ, ਕਿਉਂਕਿ ਜਦੋਂ ਪ੍ਰਧਾਨ ਮੈਦਾਨ ਚ ਆਉਂਦਾ ਸਿਨੈਰੀਓ ਚੇਂਜ ਹੋ ਜਾਂਦਾ, ਔਰ ਉਹ ਸੀਟ ਵੀ ਉਹਨਾਂ ਦੀ ਕਾਫੀ ਲੋਕ ਉੱਥੇ ਉਹਨਾਂ ਦਾ ਦਬਦਬਾ ਰਿਹਾ ਵਾ, ਤਾਂ ਤੁਹਾਨੂੰ ਕੀ ਰਾਏ, ਤੁਹਾਡੀ ਕੀ ਰਾਏ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਧਾਨ ਸਾਹਿਬ ਨੂੰ ਹੁਣ ਫਰੰਟ ਫਰੰਟ ਤੇ ਸੰਭਾਲਣਾ ਚਾਹੀਦਾ ਮੋਰਚਾ? ਸਾਡੇ ਤਾਂ ਰਿਵਾਜ਼ ਹੈ ਕਿ ਪ੍ਰਧਾਨ ਹਮੇਸ਼ਾ ਹੀ ਜਿਹੜਾ ਹੈਗਾ ਫਰੰਟ ਫੁੱਟ ਤੇ ਆ ਕੇ ਲੜਦਾ, ਭਾਵੇਂ ਕੋਈ ਵੀ ਲੜ ਰਿਹਾ, ਕਿਉਂਕਿ ਲੜਾਈ ਪਾਰਟੀ ਦੇ ਵਿੱਚ ਭਾਵੇਂ 117 ਦੇ ਇਲੈਕਸ਼ਨ ਨਾਲ ਹੋ ਰਹੀ ਹੋਵੇ ਤਾਂ ਵੀ ਪ੍ਰਧਾਨ ਹੀ ਲੜਦਾ ਹੁੰਦਾ, ਜੇ ਜ਼ਿਮਨੀ ਚੋਣ ਚਾਰ ਹਲਕਿਆਂ ਚ ਹੁੰਦੀ ਹੈ ਤਾਂ ਵੀ ਪ੍ਰਧਾਨ ਨੇ ਚਾਰੇ ਥਾਵਾਂ ਤੇ ਲੜਨਾ, ਪ੍ਰਧਾਨ ਦੇ ਵਾਸਤੇ ਹੋਰ ਕੋਈ ਆਪਸ਼ਨ ਨਹੀਂ ਹੁੰਦੀ। ਪ੍ਰਧਾਨ ਨੇ ਜਿਹੜੇ ਚਾਰੇ ਕੈਂਡੀਡੇਟ ਜਿੱਥੇ ਵੀ ਖੜੇ ਹੋਣਗੇ ਉਹ ਆਪ ਖੜੇ ਹੋਣ ਤੇ ਤਾਂ ਵੀ ਉਨਾ ਹੀ ਦੂਜਾ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਜੇ ਕੈਂਡੀਡੇਟ ਖੜਾ ਕਰੇ, ਕਿਉਂਕਿ ਪ੍ਰਧਾਨ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ। ਨਹੀਂ ਇਲੈਕਸ਼ਨ ਲੜਨਗੇ ਨਹੀਂ ਲੜਨਗੇ? ਨਹੀਂ ਨਹੀਂ, ਮੈਂ ਕਹਿਣਾ ਕਿ ਮੈਂ ਨਹੀਂ ਇਕੱਲੇ ਨੇ ਫੈਸਲਾ ਕਰਨਾ, ਪਹਿਲਾਂ ਤਾਂ ਹਾਲੇ ਉੱਥੇ ਜਿਹੜੀ ਲੇਟੈਸਟ ਹਾਲਾਤ ਕੀ ਨੇ, ਕਿਉਂਕਿ ਕੁਦਰਤੀ ਗੱਲ ਜਦੋਂ ਇੱਦਾਂ ਦੀ ਗੱਲ ਹੁੰਦੀ ਹੈ ਤੇ ਵਰਕਰ ਸਲਾਹਬਾਤ ਪ੍ਰਧਾਨ ਸਾਹਿਬ ਨਾਲ ਵੀ ਕਰ ਰਹੇ ਆ, ਸਾਰੀ ਹਾਲਾਤ ਦੇ ਉੱਤੇ ਸਾਡੀ ਵੀ ਨਜ਼ਰ ਹੈ ਕੀ ਫਾਈਨਲ ਉਹਦੇ ਵਿੱਚੋਂ ਨਿਕਲ ਕੇ ਆਉਂਦਾ। ਹਾਲੇ ਤੇ ਅਸੀਂ ਫਰਾਗ ਦਿਲੀ ਦੇ ਨਾਲ ਕੱਲ ਜੋ ਸਾਡਾ ਫਰਜ਼ ਬਣਦਾ ਸੀ, ਕਿਉਂਕਿ ਪਾਰਟੀ ਵੱਡੀ ਹੁੰਦੀ ਹੈ ਮਾਂ ਦੀ ਤਰ੍ਹਾਂ ਹੁੰਦੀ ਹੈ, ਪਾਰਟੀ ਨੇ ਕੱਲ ਲੱਗਿਆ ਕਿ ਉਹਨਾਂ ਨੂੰ ਗਲਤ ਫਹਿਮੀ ਹੋਈ ਹੈ ਤੇ ਬੜੀ ਗੰਭੀਰਤਾ ਦੇ ਨਾਲ ਪਾਰਟੀ ਨੇ ਆਪਣਾ ਪੱਖ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਰੱਖਿਆ। ਬਾਦਲ ਨਾਲ ਜਿਹੜਾ ਇਲਜ਼ਾਮ ਲੱਗਾ ਯਾਰੀ ਪਰਿਵਾਰਵਾਦ, ਇਹ ਇਲਜ਼ਾਮ ਹੀ ਨੇ ਜਾਂ ਅੰਦਰ ਖਾਤੇ, ਕਿਉਂਕਿ ਹਾਲਾਤ ਬਦਲੇ ਨੇ, ਇੱਕ ਦੂਜੇ ਨਾਲ ਅੱਜ ਕੱਲ ਗੱਲਬਾਤ ਹੁੰਦੀ ਹੈ, ਮਿਲਦੇ ਜੁਲਦੇ ਨੇ, ਕਿਉਂਕਿ ਜਿਹੜੀ ਭਰਾਵਾਂ ਦੀ ਜਿਹੜੀ ਹੁੰਦੀ ਹੈ ਉਹ ਨਿੱਜੀ ਤੌਰ ਤੇ ਤਾਂ ਇੱਕ ਦੂਜੇ ਨੂੰ ਨਹੀਂ ਛੱਡ ਸਕਦੇ, ਜਿਸ ਤਰੀਕੇ ਨਾਲ ਦੋਸਤੀ ਭਰਾਵਾਂ ਦੀ ਰਹੀ ਹੈ
ਉਹ ਸਿਆਸੀ ਤੌਰ ਤੇ ਵੀ ਫਰਕ ਪੈਂਦੀ ਹੈ ਜਾਂ ਕਿਵੇਂ? ਨਹੀਂ, ਉਹ ਤਾਂ ਦੇਖੋ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਹੈ ਕਿ ਕੋਈ ਫੈਮਿਲੀ ਮੈਂਬਰ ਕਿਸੇ ਦਾ ਕਿਸੇ ਪਾਸੇ ਹੈ, ਕੋਈ ਫੈਮਿਲੀ ਮੈਂਬਰ ਦੂਜੀ ਪਾਰਟੀ 'ਚ, ਇਕੱਲਾ ਬਦਲ ਪਰਿਵਾਰ ਦੇ ਵਿੱਚ ਤਾਂ ਹੈ ਨਹੀਂ। ਕਾਂਗਰਸ ਦੇ ਵਿੱਚ ਤੁਹਾਨੂੰ ਮੈਂ ਕਿੰਨੀਆਂ ਉਦਾਹਰਨਾਂ ਦੇ ਦੇਣਾ ਜਿਹਦੇ 'ਚ ਬਾਪ ਇੱਕ ਪਾਸੇ ਹੈ, ਬੇਟਾ ਦੂਜੇ ਪਾਸੇ ਹੈ, ਭਰਾ ਦੂਜੇ ਪਾਸੇ ਨੇ। ਇਸ ਕਰਕੇ ਇਹ ਕੋਈ ਕੰਡੀਸ਼ਨ ਨਹੀਂ ਹੁੰਦੀ। ਜਿਹੜੇ ਸਿਆਸੀ ਆਪੋ ਆਪਣੀ ਵਿਚਾਰਧਾਰਾ, ਉਹ ਇੱਕ ਘਰ 'ਚ ਕਈ ਇਹੋ ਜਿਹੀਆਂ ਫੈਮਲੀਆਂ ਹੈਗੀਆਂ, ਹਰ ਘਰ 'ਚ ਹਰ ਫੈਮਿਲੀ ਮੈਂਬਰ ਦੀ ਵਿਚਾਰਧਾਰਾ ਆਪਣੀ ਵੱਖਰੀ ਹੈ। ਜਿਹੜੇ ਪਰਿਵਾਰਕ ਜਿਹੜੇ ਰਿਸ਼ਤੇ ਹੁੰਦੇ ਨੇ, ਕੋਈ ਰਿਸ਼ਤੇਦਾਰੀ ਸਾਂਝ ਆ, ਉਹ ਆਪਣੀ ਥਾਂ ਚੱਲਦੇ ਰਹਿੰਦੇ ਨੇ। ਇਹ ਕਰਕੇ ਇਹ ਨਹੀਂ ਹੁੰਦਾ ਕਿ ਸਾਰੇ ਫੈਮਿਲੀ ਮੈਂਬਰ ਜ਼ਰੂਰੀ ਹੈ ਕਿ ਸਾਰੀ ਉਮਰ ਇੱਕ ਪਾਰਟੀ ਦੇ ਵਿੱਚ ਹੀ ਰਹਿਣ। ਬਹੁਤ ਵਾਰੀ ਇੱਥੇ ਤੇ ਹਸਬੈਂਡ ਵਾਈਫ ਵੀ ਇੱਕ ਦੂਜੇ ਦੇ ਖਿਲਾਫ ਇਲੈਕਸ਼ਨਾਂ ਲੜਦੇ ਅਸੀਂ ਦੇਖੇ ਆ, ਅਤੇ ਆ ਨਵਾਂ ਸ਼ਹਿਰ ਦੇ ਵਿੱਚ ਪਿੱਛੇ ਮਾਂ ਪੁੱਤ ਵੀ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜਦੇ ਦੇਖੇ। ਵਿਰੋਧੀ ਮਹਾਂਪੁਰ ਤੋਂ ਵੱਡਾ ਰਿਸ਼ਤਾ ਕਿਹੜਾ ਹੁੰਦਾ? ਵਿਰੋਧੀ ਕਾਂਗਰਸ ਬੀਜੇਪੀ ਫਿਰ ਅਸਤੀਫੇ ਦੀ ਮੰਗ ਕਰ ਰਹੇ ਕਿ ਪ੍ਰਧਾਨ ਸਾਹਿਬ ਅਸਤੀਫਾ ਦੇ ਦਿਓ, ਸਾਰੇ ਸਾਥ ਛੱਡ ਰਹੇ। ਗੱਲ ਇਹ ਹੈ ਕਿ ਸਾਰਿਆਂ ਦੀ ਉਦਾਂ ਕਹਿਣਗੇ ਵੀ ਅਕਾਲੀ ਦਲ ਖਤਮ ਹੋ ਗਿਆ, ਵੀ ਅਕਾਲੀ ਦਲ ਹੁਣ ਗਿਣਤੀ 'ਚ ਨਹੀਂ ਰਹਿਣਗੇ, ਅਤੇ ਸਾਰਿਆਂ ਨੂੰ ਨੀਂਦ ਉਨੀ ਦਿੱਕਤ ਨਹੀਂ ਆਉਂਦੀ ਜਿੰਨੀ ਦੇਰ ਤੱਕ ਕੋਈ 100 ਕਾਲ ਅਕਾਲੀ ਦਲ ਨੂੰ ਕੱਢ ਨਾ ਲੈਣ, ਸਾਡੇ ਖਿਲਾਫ਼ ਬਿਆਨ ਨਾ ਦੇ ਦੇਣ। ਸਾਰੇ ਰਾਤ ਨੂੰ ਉਨੀ ਦੇਰ ਤੱਕ ਕਿਸੇ ਨੂੰ ਨੀਂਦ ਨਹੀਂ ਆਉਂਦੀ ਜਿੰਨੀ ਦੇਰ ਤੱਕ ਅਕਾਲੀ ਦਲ ਦੇ ਪ੍ਰਧਾਨ ਦਾ ਅਸਤੀਫਾ ਨਾ ਮੰਗ ਲੈਣ, ਸਾਡੇ ਖਿਲਾਫ਼ ਨਾ ਬੋਲਣ। ਅਤੇ ਮੈਂ ਤਾਂ ਪੁੱਛਦਾ ਵੀ ਜੇ ਅਕਾਲੀ ਦਲ ਇੰਨਾ ਹੀ ਕਮਜ਼ੋਰ ਹੈ ਤਾਂ ਤੁਸੀਂ ਆਰਾਮ ਨਾਲ ਸੁਣੋ, ਤੁਹਾਨੂੰ ਇਸ ਤੋਂ ਵਧੀਆ ਕੀ ਚਾਹੀਦਾ? ਠੀਕ, ਪਰ ਅਸਲੀ ਸ਼ਕਤੀ ਜਿਹੜੀ ਅਕਾਲੀ ਦਲ ਦੀ ਹੈ ਉਹ ਹੈ ਸਾਡੀ ਵਰਕਰ। ਵਰਕਰ ਸਾਡਾ ਨਾ ਕੋਈ ਪਹਿਲਾਂ ਹਕੂਮਤ ਤੋੜ ਸਕੀ, ਭਾਵੇਂ ਕੇਂਦਰ ਹੈ ਭਾਵੇਂ ਸੂਬੇ ਦੀਆਂ ਸਰਕਾਰਾਂ, ਨਾ ਹੁਣ ਕੋਈ ਵਰਕਰ ਨੂੰ ਤੋੜ ਸਕਦਾ। ਠੀਕ ਹੈ, ਉਤਰਾਅ ਚੜਾਅ ਹੈਗੇ ਨੇ, ਅਸੀਂ ਵੀ ਇਹਨਾਂ ਹਾਲਾਤਾਂ ਨੂੰ ਕਿਵੇਂ ਪਾਰਟੀ ਨੂੰ ਕੱਢ ਕੇ ਲੈ ਕੇ ਜਾਣਾ ਉਹ ਰੋਜ਼ ਉਹਦੇ ਬਾਰੇ ਸਾਰੀ ਪਾਰਟੀ ਸਿਰ ਜੋੜ ਕੇ ਵਿਚਾਰ ਕਰਦੀ ਆ। ਔਰ ਡੈਫੀਨੇਟਲੀ ਤੁਸੀਂ ਦੇਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ, ਪਰ ਇਹਦੇ 'ਚ ਸਾਰੇ ਲੀਡਰਾਂ ਨੂੰ ਵੀ ਮੈਂ ਬੇਨਤੀ ਕਰਦਾ ਨਾ ਕਿ ਹੁਣ ਇੱਕ ਪਾਸੇ ਕਹਿੰਦੇ ਹੋ ਕਿ ਪਾਰਟੀ 'ਚ ਬਦਲਾ ਕਰ, ਹੁਣ ਵੱਡਾ ਬਦਲਾਅ ਸੀ ਪਾਰਲੀਮੈਂਟਰੀ ਬੋਰਡ, ਪਾਰਲੀਮੈਂਟਰੀ ਬੋਰਡ ਨੇ ਹਲਕੇ ਹਲਕੇ ਜਾਣਾ ਸ਼ੁਰੂ ਕਰ ਦਿੱਤਾ, ਤਾਂ ਹੁਣ ਅਸੀਂ ਬਾਹਮ ਰੋਲ ਲੱਗ ਗਏ ਵੀ ਸਾਡੀ ਤਾਂ ਅੱਜ ਹੀ ਅਨਾਊਂਸ ਕਰੋ, ਅਤੇ ਫਿਰ ਇਹ ਤਾਂ ਫਿਰ ਸਿਸਟਮ ਦਾ ਆਪ ਹੀ ਤੁਸੀਂ ਖਤਮ ਕਰਦੇ। ਠੀਕ, ਫਿਰ ਪ੍ਰਧਾਨ ਜੇ ਮਰਿਆਦਾ ਦੇ ਵਿੱਚ ਰਹਿ ਰਹੇ, ਉਹ ਤੁਹਾਡਾ ਪ੍ਰਚਾਰ ਵੀ ਕਰ ਰਿਹਾ ਪਰ ਮਰਿਆਦਾ ਦੇ ਵਿੱਚ ਰਹਿ ਰਿਹਾ ਕਿ ਕੈਂਡੀਡੇਟ ਫਾਰਮਲੀ ਜਿਹੜਾ ਸਾਰੇ ਪ੍ਰਕਿਰਿਆ ਤੋਂ ਬਾਅਦ ਅਨਾਊਂਸ ਹੋਏਗਾ, ਤੁਸੀਂ ਉਸ ਗੱਲ ਨੂੰ ਸਪੋਰਟ ਕਰੋ। ਠੀਕ ਹੈ, ਚਲੋ, ਬਹੁਤ ਬਹੁਤ ਧੰਨਵਾਦ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਪਾਈ, ਨਿਊਜ਼ 18 ਚੰਡੀਗੜ੍ਹ।